ਗੁਰੂ ਨਗਰੀ ਅੰਮ੍ਰਿਤਸਰ ਦੇ ਕੰਪਨੀ ਬਾਗ ਵਿੱਚੋਂ 3 ਵਿਅਕਤੀਆਂ ਦੀਆਂ ਲਾਸ਼ਾਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਨ੍ਹਾਂ ਲਾਸ਼ਾਂ ਦੇ ਕੋਲੋਂ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਹੋਈਆਂ ਹਨ। 3 ਵਿਅਕਤੀਆਂ ਦੀ ਮੌਤ ਜ਼ਿਆਦਾ ਨਸ਼ਾ ਕਰਨ ਕਾਰਨ ਹੋਈ ਹੈ। ਸੂਤਰਾਂ ਮੁਤਾਬਕ 3 ਵਿਅਕਤੀ ਹਰ ਰੋਜ਼ ਉੱਥੇ ਪਈ ਕਾਰਪੋਰੇਸ਼ਨ ਦੀ ਟਰਾਲੀ ਦੇ ਪਿੱਛੇ ਬੈਠ ਕੇ ਸ਼ਰਾਬ ਪੀਂਦੇ ਸਨ। ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਚ ਇੱਕ ਦੀ ਪਹਿਚਾਣ ਰਿਨੀ ਦੇ ਰੂਪ ਵਿੱਚ ਹੋਈ ਹੈ, ਜਦਕਿ 2 ਦੀ ਅਜੇ ਪਹਿਚਾਣ ਨਹੀਂ ਹੋ ਸਕੀ। ਸਵੇਰ ਇਤਲਾਹ ਮਿਲੀ ਹੈ ਕੰਪਨੀ ਬਾਗ ਚ 3 ਡੈੱਡ ਬੋਡੀਆਂ ਪਈਆਂ ਨੇ, ਜਿਨ੍ਹਾਂ ਦੀ ਅਸੀਂ ਮੌਕੇ 'ਤੇ ਜਾ ਕੇ ਪੜਤਾਲ ਕੀਤੀ ਹੈ। ਇਹ ਜਿਹੜੇ ਆਦਮੀ ਸੀ ਇਹ ਉੱਥੇ ਕੰਪਨੀ ਬਾਗ 'ਚ ਹੀ ਰਹਿੰਦੇ ਸੀ ਅਤੇ ਜਿਵੇਂ ਕਾਗਜ਼ ਵਗੈਰਾ ਚੁੱਕ ਕੇ ਅਤੇ ਮੰਗ ਮੁੰਗ ਕੇ ਖਾਂਦੇ ਸੀ ਅਤੇ ਉੱਥੇ ਹੀ ਸੌਂਦੇ ਸੀ। ਅਤੇ ਉੱਥੋਂ ਲਾਗੋਂ ਇਹਨਾਂ ਦੇ ਇੱਕ ਪੈਪਸੀ ਦੀ ਬੋਤਲ ਹੈ ਜਿਹਦੇ ਵਿੱਚੋਂ ਇਹ ਦੇਸੀ ਸ਼ਰਾਬ ਦੀ ਸਮੈਲ ਆ ਰਹੀ ਸੀ ਅਤੇ ਕੁਲਚੇ ਸੀ ਨਾਲ ਪਿਆਜ਼ ਵਗੈਰਾ ਚੀਰੇ ਸੀ। ਇਉਂ ਲੱਗਦਾ ਜਿੱਦਾਂ ਉੱਥੇ ਇਹਨਾਂ ਇਕੱਠਿਆਂ ਬੈਠ ਕੇ ਕੋਈ ਸ਼ਰਾਬ ਪੀਤੀ ਹੈ ਅਤੇ ਉਹਦੇ ਨਾਲ ਹੀ ਇਹਨਾਂ ਦੀ ਕੋਈ ਮੌਤ ਹੋਈ ਲੱਗਦੀ ਹੈ। ਫਿਰ ਵੀ ਅਸੀਂ ਇਹਨਾਂ ਦੀ ਪੋਸਟਮਾਰਟਮ ਇਹਨਾਂ ਦਾ ਕਰਵਾ ਰਹੇ ਹਾਂ, ਪੋਸਟਮਾਰਟਮ ਰਿਪੋਰਟ ਆਉਣ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ। ਅੰਮ੍ਰਿਤਸਰ ਤੋਂ ਸੰਨੀ ਸਹੂਲਤਾਂ ਦੇ ਨਾਲ ਧਰਮਵੀਰ ਗਿੱਲ, ਖਬਰ ਹਰਪਲ ਏਰੀਆ ਲਈ। ਪੰਜਾਬ ਨਾਲ ਜੁੜੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਤੇ ਕਲਿੱਕ ਕਰੋ ਬੈਲ ਆਈਕੋਨ ਤੇ, ਤਾਂ ਜੋ ਤੁਹਾਨੂੰ ਹਰ ਖਬਰ ਮਿਲੇ ਸਭ ਤੋਂ ਪਹਿਲਾਂ। ਇਸ ਦੇ ਨਾਲ ਹੀ ਵਿਜਿਟ ਕਰੋ ਸਾਡੀ ਵੈਬਸਾਈਟ ਤੇ www.khabarharpalindia.com ਤੇ। ਇਸ ਦੇ ਨਾਲ ਹੀ ਤੁਸੀਂ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰ ਸਕਦੇ ਹੋ। ਫੇਸਬੁੱਕ ਤੇ ਸਰਚ ਕਰੋ ਖਬਰ ਹਰਪਲ ਇੰਡੀਆ।